ਕੌਣ ਬਾਬਾ ਜੀ ਸਦਨਾ ਸਹਿਬ ਤਰ ਤਤਨ ਸਤਿਗੁਰੂ ਰਵਿਦਾਸ ਮਹਾਰਾਜ ਸਾਨੂੰ ਜੀਵਨ ਕੀ ਉਪਦੇਸ਼ ਬਖਸ਼ਦੇ ਐ ਜੀਵ ਜਦੋਂ ਮਾਲਕ ਦੀ ਸ਼ਰਨ ਵਿੱਚ ਆਏਗਾ ਤੇ ਮਾਲਕ ਕਿਰਪਾ ਕਰੇਗਾ ਰਹਿਮਤ ਕਰੇਗਾ ਸਾਤ ਸੰਗਤ ਤਤਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਉਪਦੇਸ਼ ਬਖਸ਼ਦੇ ਨੇ ਨਾਮਦੇਵ ਕਬੀਰ ਤ੍ਰਿਲੋਚਨ ਐ ਜੀਵ ਜਦੋਂ ਮਾਲਕ ਦੀ ਸ਼ਰਨ ਵਿੱਚ ਆਏ ਤੇ ਉਹ ਜੀਵ ਤਰ ਜਾਂਦਾ ਹੈ ਜਿਸ ਤਰ੍ਹਾਂ ਨਾਮਦੇਵ ਜੀ ਤਰ ਗਏ ਜਿਸ ਤਰ੍ਹਾਂ ਕਬੀਰ ਜੀ ਤਰ ਗਏ ਤ੍ਰਿਲੋਚਨ ਜੀ ਤਰ ਗਏ ਸਦਨਾ ਜੀ ਤਰ ਗਏ ਸੈਣ ਜੀ ਤਰ ਗਏ ਐ ਜੀਵ ਜੇ ਮਾਲਕ ਦੀ ਸ਼ਰਨ ਵਿੱਚ ਆਏਗਾ ਤੂੰ ਵੀ ਤਰ ਜਾਏਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੂੰ ਵੀ ਮਾਲਕ ਤੇ ਭਰੋਸਾ ਕਰ ਵਿਸ਼ਵਾਸ ਕਰ ਮਾਲਕ ਦੀ ਸ਼ਰਨ ਵਿੱਚ ਆ ਮਾਲਕ ਤੇਰੇ ਤੇ ਵੀ ਕਿਰਪਾ ਕਰ ਦੇਗਾ ਕਿਉਂਕਿ ਗਰੀਬ ਨਿਵਾਸ ਗੁਸਈਆਂ ਮੇਰਾ ਮਾਥੇ ਛਤਰ ਤਰ ਉਹ ਗਰੀਬਾਂ ਨੂੰ ਨਿਵਾਜਣ ਵਾਲਾ ਉਹ ਰਹਿਮਤ ਕਰਨ ਵਾਲਾ ਤੂੰ ਵੀ ਮਾਲਕ ਦੇ ਦਰ ਤੇ ਆ ਤੇ ਮਾਲਕ ਤੇਰੇ ਤੇ ਵੀ ਕਿਰਪਾ ਕਰੇਗਾ ਆਪ ਸਾਰੀਆਂ ਸੰਗਤਾਂ ਨੂੰ ਜੈ ਗੁਰਦੇਵ ਧੰਨ ਗੁਰਦੇਵ।